ਵਹੁਟੀ ਆਉਂਦੀ ਏ ਘਰ ਸਹੁਰਿਆਂ ਰੁੱਸ ਪਵੇ ਜ਼ਰਾ ਕੁ ਖੌਰਿਆਂ ਨਾ ਗੱਲ ਖਸਮ ਦੀ ਜੜਦੀ ਖਿੱਚ ਮਾਪਿਆਂ ਦੀ ਏ ਕਰਦੀ ਜਦ ਨਾਲ ਖਸਮ ਦੇ ਲੜਦੀ ਝੱਟ ਪੇਕਿਆਂ ਦੇ ਜਾ ਵੜਦੀ ਕੁਝ ਦੇਰ ਨੇ ਮਾਪੇ ਝੱਲਦੇ ਫਿਰ ਮੁੜ ਕੇ ਉੱਥੇ ਹੀ ਘੱਲਦੇ ਵਾਹ ਵਾਹ ਜਦ ਮਰਕਬ ਜਾਂਦੇ ਮਾਪੇ ਫਿਰ ਕਹਿੰਦੀ ਫਿਰਦੀ ਆਪੇ ਮੇਰੇ ਜੁਗ ਜੁਗ ਵਸਣ ਵੀਰ ਵੇ ਮੇਰੀ ਕਰਦੇ ਖਿੱਚ ਅਖੀਰ ਵੇ ਮੇਰੇ ਤੋਂ ਭਾਬੀਆਂ ਵਾਰਨ ਜਾਣ ਵੇ ਮੈਂ ਵੀਰਾਂ ਕਰ ਪ੍ਰਧਾਨ ਵੇ ਜਦੋਂ ਵੀਰ ਵੀ ਨਹੀਂ ਨਾ ਚੱਲਦੇ ਨਾ ਕੁਛ ਸੁੱਖ ਸੁਨੇਹੜਾ ਘੱਲਦੇ ਫਿਰ ਸੀਨੇ ਭਾਂਬੜ ਬਲਦੇ ਫਿਰ ਕਹਿੰਦੀ ਹੋਕਾ ਭਰ ਕੇ ਵੇ ਮੈਂ ਕੀ ਕੁਝ ਬੈਠੀ ਜਰ ਕੇ ਮੈਂ ਜਾਦਾ ਛੱਡਿਆ ਪੇਕਿਆ ਉਤਰਿਆ ਤੇਰਾ ਕੁਝ ਨਹੀਂ ਵੇਖਿਆ ਲੈ ਹੁਣ ਪੁੱਤਰਾਂ ਵੱਲ ਧਿਆਨ ਆ ਜਿਹੜੇ ਹੋ ਗਏ ਹੁਣ ਜਵਾਨ ਆ ਮੈਨੂੰ ਕਿਸੇ ਦਾ ਕਾਹਦਾ ਭਾਰ ਆ ਮੇਰੇ ਪੁੱਤਾਂ ਦਾ ਕੰਮ ਕਾਰ ਆ ਵੀ ਮੇਰੇ ਪੁੱਤ ਕਮਾਈਆਂ ਕਰਦੇ ਤਾਂ ਪੈਸਿਆਂ ਦੇ ਮੀਂਹ ਵਰਦੇ ਲਓ ਹੁਣ ਪੁੱਤਾਂ ਦੇ ਹੋ ਵਿਆਹ ਗਏ ਮੁੱਖ ਸਾਰੇ ਦਿਲ ਦੇ ਚਾ ਗਿਆ ਯਾਨੀ ਪੁੱਤ ਵੀ ਪਾਸਾ ਵੱਟ ਗਏ ਹੌਲੀ ਹੌਲੀ ਪਾਸੇ ਹਟ ਗਏ ਉਹ ਜਦੋਂ ਕੋਈ ਪਾਸਾ ਨਹੀਂ ਨਾ ਦਿਸਦਾ ਫਿਰ ਦਿਲ ਖਸਮ ਤੇ ਵਿਸਦਾ ਫਿਰ ਕਹਿੰਦੀ ਇਹ ਸਰਤਾਜ ਆ ਮੇਰੇ ਦਿਲ ਤੇ ਖਸਮ ਦਾ ਰਾਜ ਆ ਆਖਿਰ ਵਿੱਚ ਕਹਿੰਦੀ ਗੋਗਿਆ ਜਿਉਂਦਾਰ ਆ ਮੇਰੇ ਜੋਗਿਆ ਉਦੋਂ ਕਰਦੀ ਖਿੱਚਿਆ ਯਾਰ ਦੀ ਉਹ ਜਦੋਂ ਤਿਆਰੀ ਅਗਲੇ ਪਾਰ ਦੀ ਹੁਣ ਦੋਵੇਂ ਜੀ ਉਹ ਇੱਕ ਗਏ ਓਨੀ ਦੇਰ ਨੂੰ ਸੌਦੇ ਵਿਕ ਗਏ।